ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਦੋਸਤ ਸੰਜੀਤ ਸਿੰਘ ਰਿਹਲ ਵੀਜ਼ਾ ਹਬ ਇਮੀਗ੍ਰੇਸ਼ਨ ਤੋਂ। ਔਰ ਜੋ ਅੱਜ ਦੀ ਵੀਡੀਓ ਦੋਸਤੋ ਬਣਾਉਣ ਜਾ ਰਿਹਾ ਇਹ ਲਖਵੀਰ ਸਿੰਘ ਭਾਜੀ ਹੋਣਾਂ ਦੀ ਹੈਗੀ ਆ। ਇੰਟਰਸਟਿੰਗ ਸਟੋਰੀ ਹੈ ਦੋਸਤੋ ਇਹਨਾਂ ਦੀ। ਇਹਨਾਂ ਦਾ ਆਲਰੇਡੀ ਕੈਨੇਡਾ ਵੀ ਰਿਫਿਊਜ਼ ਹੋ ਚੁੱਕਾ ਆ, ਆਈ ਥਿੰਕ US ਵੀ, ਯੂਰਪ ਵੀ, UK ਵੀ, ਐਂਡ UK ਹੀ ਆਈ ਥਿੰਕ 3 ਟਾਈਮਸ ਰਿਫਿਊਜ਼ ਸੀਗੇ। ਐਂਡ ਮੇਰੇ ਕੋਲ ਆਏ, ਪੂਰੀ ਕੇਸ ਨੂੰ ਸਟੱਡੀ ਕੀਤੀ, ਮੈਂ ਰਿਫਿਊਜ਼ਲ ਲੈਟਰ ਸਿੱਖੀਆਂ, ਐਂਡ ਦੈਨ ਵੀ ਅਪਲਾਈ ਫੋਰ ਦਾ UK ਵੀਜ਼ਾ। UK ਰਿਫਿਊਜ਼ਲ ਦੇ ਵਿੱਚ ਇੱਕ ਇੱਕ ਪੁਆਇੰਟ ਲਿਖਿਆ ਹੁੰਦਾ ਹਮੇਸ਼ਾ, ਐਂਡ ਉਸ ਚੀਜ਼ ਨੂੰ ਸਮਝ ਕੇ ਆਪਾਂ ਰੀਅਪਲਾਈ ਕੀਤਾ ਐਂਡ ਹੀ ਗੋਟ ਦਾ ਵੀਜ਼ਾ। ਆਪਣਾ UK ਦਾ ਵੀਜ਼ਾ ਲਗਾਉਣਾ ਸੀ, ਇਸ ਕਰਕੇ ਮੈਂ ਜਲੰਧਰ ਸ਼ਹਿਰ, ਮੋਹਾਲੀ, ਚੰਡੀਗੜ੍ਹ, ਮੈਂ ਕਾਫ਼ੀ ਸਾਰੇ ਕੰਸਲਟੈਂਟ ਕੋਲ ਗਿਆ ਅਤੇ ਘੁੰਮਿਆ ਫਿਰਿਆ ਵੀ ਹੈ, ਪਰ ਕੋਈ ਵੀ ਕੰਸਲਟੈਂਟ ਨੇ ਮੇਰੇ ਡਾਕੂਮੈਂਟ ਲਿਆਓ, ਤੁਹਾਡੀ ਫਾਈਲ ਲਗਾ ਦਿੰਦੇ ਹਾਂ। ਫਾਈਲ ਲਗਾ ਦਿੰਦੇ ਹਾਂ, ਲਿਆਓ ਜੀ। ਕੋਈ ਕਹਿੰਦਾ 7 ਲੱਖ ਰੁਪਇਆ ਦਿਓ, ਕੋਈ ਕਹਿੰਦਾ 8 ਲੱਖ, ਕੋਈ ਕਹਿੰਦਾ 10 ਲੱਖ, ਪਰ ਸਹੀ ਸਲਾਹ ਦੇਣ ਵਾਲਾ ਕੋਈ ਨਹੀਂ ਸੀ। ਕਿਉਂ? ਕਿਉਂਕਿ ਕੋਈ ਫਾਈਲ ਦੇ ਵਿੱਚ ਜਿਹੜੀ ਹੈਗੀ ਆ ਕਮੀ ਪੇਸ਼ੀ ਹੁੰਦੀ ਹੈ, ਉਹ ਸਿਰਫ ਇੱਕ ਸਹੀ ਕੰਸਲਟੈਂਟ ਹੀ ਦੱਸ ਸਕਦਾ ਹੈਗਾ। ਇਸ ਕਰਕੇ ਮੈਂ YouTube 'ਤੇ ਆਪਣੇ ਵੀਜ਼ਾ ਹੱਬ ਵਾਲੇ ਰਣਜੀਤ ਸਰ ਨੂੰ ਦੇਖਿਆ ਅਤੇ ਉਹਨਾਂ ਦੀਆਂ ਵੀਡੀਓ ਮੈਨੂੰ ਬਹੁਤ ਚੰਗੀਆਂ ਲੱਗੀਆਂ, ਅਤੇ ਮੈਂ ਉਹਨਾਂ ਦੇ ਆਫਿਸ ਵਿੱਚ ਪਹੁੰਚਿਆ ਅਤੇ ਉੱਥੇ ਪਹੁੰਚ ਕੇ ਉਹਨਾਂ ਨੇ ਮੈਨੂੰ ਸਹੀ ਗਾਈਡ ਕੀਤਾ ਕਿ ਆਪਣੇ ਜਿਹੜਾ ਹੈਗਾ ਫਾਈਲ ਹਲੇ ਤਿਆਰ ਨਹੀਂ ਹੈ, ਤੁਹਾਡੀ ITR ਵਗੈਰਾ ਠੀਕ ਹੈ, ਪਰ ਜਿਹੜੀ ਤੁਹਾਡੀ ਬੈਂਕਿੰਗ ਹੈ ਉਹਦੇ ਵਿੱਚ ਥੋੜ੍ਹੀ ਜਿਹੀ ਕਮੀ ਹੈ। ਤੁਸੀਂ ਇੱਦਾਂ ਕਰੋ ਵੀ 2-3 ਮਹੀਨੇ ਵੇਟ ਕਰੋ ਅਤੇ ਇਹਨੂੰ ਆਪਣੇ ਸਹੀ ਕਰ ਲਓ, ਅਤੇ ਫਿਰ ਆਪਾਂ ਜਿਹੜਾ ਹੈ ਤੁਹਾਡਾ ਵੀਜ਼ਾ ਅਪਲਾਈ ਕਰਾਂਗੇ। ਅਤੇ ਆਈ ਹੋਪ ਕਿ ਮੈਨੂੰ ਉਮੀਦ ਹੈ ਕਿ ਤੁਹਾਡਾ ਵੀਜ਼ਾ ਆ ਜਾਵੇਗਾ। ਮੇਰੀਆਂ ਪਹਿਲਾਂ ਵੀ 2-3 ਰਿਫਿਊਜ਼ਲ ਸੀ, ਪਰ ਜਦੋਂ ਸਰ ਨੇ ਇਹ 'ਤੇ ਮਿਹਨਤ ਕੀਤੀ ਤਾਂ ਹੀ ਬਹੁਤ ਵਧੀਆ ਜਾਣੀ ਕਿ ਮੈਨੂੰ ਰਿਜ਼ਲਟ ਦੇਖਣ ਨੂੰ ਮਿਲਿਆ ਹੈਗਾ। ਠੀਕ ਹੈ, ਵੀਜ਼ਾ ਲਗਾਉਣ ਤਾਂ ਹਰ ਕੋਈ ਕਹਿ ਦਿੰਦਾ ਹੈਗਾ, ਪਰ ਰਿਜ਼ਲਟ ਦੇਣਾ ਹੈਗਾ ਉਹ ਬਹੁਤ ਔਖੀ ਗੱਲ ਹੈ। ਇਸ ਕਰਕੇ ਮਿੱਤਰੋ, ਦੋਸਤੋ, ਮੈਂ ਤਾਂ ਇਹੀ ਗੱਲ ਕਹੂੰਗਾ ਵੀ ਜਿਹਨੇ ਕਿਸੇ ਨੇ ਵੀ ਆਉਣਾ ਹੈਗਾ ਤਾਂ ਉਹ ਵੀਜ਼ਾ ਹੱਬ ਰਣਜੀਤ ਸਰ ਕੋਲ ਆਓ ਅਤੇ ਆਪਣਾ ਜਿਹੜਾ ਵੀਜ਼ਾ ਲੈ ਕੇ ਜਾਓ, ਖੁਸ਼ ਹੋ ਜਾਓ। ਅਤੇ ਮੈਂ ਵੀ ਖੁਸ਼ ਹਾਂ ਇਸ ਟਾਈਮ, ਅਤੇ ਮੇਰਾ UK ਦਾ ਵੀਜ਼ਾ ਆ ਗਿਆ, ਨੈਕਸਟ ਟਾਈਮ ਮੈਂ UK ਜਾ ਰਿਹਾ ਹੈਗਾ ਅਤੇ ਇਹ ਮੇਰਾ ਵੀਜ਼ਾ ਹੈ। ਨਾ, ਇੱਥੇ ਜੋ ਚੀਜ਼ ਇੱਕ ਮੈਂ ਮੈਂਸ਼ਨ ਕਰਨਾ ਚਾਹੁੰਦਾ ਦੋਸਤੋ, ਕਿ ਕਦੇ ਵੀ UK ਦਾ ਵੀਜ਼ਾ ਤੁਸੀਂ ਅਪਲਾਈ ਕਰਨਾ ਹੋਵੇ ਤਾਂ ਆਪਣੀ ਅਕਾਊਂਟ ਸਟੇਟਮੈਂਟ ਸੋਚ ਸਮਝ ਕੇ ਲਗਾਇਆ ਕਰੋ, ਦੇਖ ਕੇ ਲਗਾਇਆ ਕਰੋ, ਉਹ 'ਚ ਕੱਚੇ ਫੰਡਸ ਨਾ ਆਏ ਹੋਣ। ਇਨਕੇਸ ਤੁਹਾਡੀ ਵੀ ਦੋਸਤੋ ਕੋਈ ਰਿਫਿਊਜ਼ਲ ਹੈਗੀ ਆ UK ਦੀ, ਤਾਂ ਤੁਸੀਂ ਮੈਨੂੰ ਮਿਲ ਸਕਦੇ ਹੋ, ਰਿਫਿਊਜ਼ਲ ਲੈਟਰ ਜ਼ਰੂਰ ਲੈ ਕੇ ਆਓ, ਰਿਫਿਊਜ਼ਲ ਲੈਟਰ ਐਂਡ ਐਪਲੀਕੇਸ਼ਨ ਫਾਰਮ ਜ਼ਰੂਰ ਲੈ ਕੇ ਆਇਓ। ਥੈਂਕ ਯੂ ਦੋਸਤੋ।